ਸਾਸ਼ੀ ਗਾਲੀ ਸਾਰਾ ਤੁਹਾਡਾ ਫੇਰ ਇੱਕ ਵਾਰੀ ਫੇਰ ਜੇਪਾ ਗੱਲ ਕਰੀ ਤਾਂ ਅੱਜ ਦਾ ਸੈਸ਼ਨ ਜਿਹੜਾ ਹੈਗਾ ਦੁਪਹਿਰੇ 1 ਵਜੇ ਦਿਵਾਲੀ ਹੋ ਚੁੱਕੀ ਹੈ ਪਟਾਕੇ ਬਜਾ ਲਿਆ ਆਪਾਂ ਨੇ ਹੈਨਾ ਤੇ ਇੱਕ ਵਾਰੀ ਫੇਰ ਆਪਾਂ ਪੜ੍ਹਨੇ ਦੇ ਰਿਦਮ ਵਿੱਚ ਫੇਰ ਆਣ ਲੱਗੇ ਆ ਜੀ ਠੀਕ ਹੈ ਜੀ ਤੇ ਗੱਲ ਕਰੀਏ ਤੇ ਅੱਜ ਦੇ ਸੈਸ਼ਨ ਜਿਹੜਾ ਹੋਏਗਾ ਦੁਪਹਿਰੇ 1 ਵਜੇ ਜਿਵੇਂ ਤੁਸੀਂ ਜਾਣਦੇ ਹੋ ਇਹ ਹੋਏਗਾ ਪੋਲਿਟੀ ਦਾ ਸੈਸ਼ਨ ਹੋਏਗਾ ਜੀ ਠੀਕ ਹੈ ਜੀ ਤੇ ਅੱਜ ਦਾ ਸੈਸ਼ਨ ਥੋੜਾ ਇੰਪੋਰਟੈਂਟ ਵੀ ਹੈ ਠੀਕ ਹੈ ਕਿਉਂ ਕਿ ਅੱਗੇ ਚੱਲ ਕੇ ਥੋੜਾ ਪੀਐਸਪੀਸੀਲ ਦਾ ਪੇਪਰ ਹੈ ਉਹਦੇ ਵਾਸਤੇ ਇਹ ਚੀਜ਼ ਕਾਫੀ ਇੰਪੋਰਟੈਂਟ ਹੋਏਗੀ ਇਸ ਕਰਕੇ ਇਹ ਸੈਸ਼ਨ ਥੋੜਾ ਉਹਨਾਂ ਬੱਚਿਆਂ ਵਾਸਤੇ ਬਿਲਕੁਲ ਜ਼ਰੂਰੀ ਹੋਏਗਾ ਜਿਹੜੇ ਪੀਐਸਪੀਸੀਲ ਦਾ ਪੇਪਰ ਹੁਣੇ ਕੁਝ ਦਿਨ ਬਾਅਦ ਦੇਣ ਜਾਣਗੇ 댓 ਇਜ਼ 8th ਆਫ ਦ ਨਵੰਬਰ ਠੀਕ ਹੈ ਜੀ ਤੇ ਅੱਜ ਦਾ ਦਿਨ ਦੀ ਆਪਾਂ ਗੱਲ ਕਰੀਏ ਸੋਹਣੀ ਇਸਮਾਈਲ ਬਣਾਈਏ ਬਾਬੇ ਅਨਾਮ ਲੈ ਕੇ ਆਪਾਂ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਕੇ ਹੋਏ ਇਹਦੇ ਨਾਲ ਆਪਾਂ ਸੈਸ਼ਨ ਦੀ ਸ਼ੁਰੂਆਤ ਕਰਾਂਗੇ ਠੀਕ ਹੈ ਜੀ ਚਲੋ ਅੱਜ ਦਾ ਸੈਸ਼ਨ ਥੋੜਾ ਜਿਹਾ ਆਪਾਂ ਤੇਜ਼ ਕਰ ਟਾਈਮ ਥੋੜਾ ਹੈ ਕਿਹਦੇ ਲਈ ਥੋਡੇ ਕੋ ਠੀਕ ਹੈ ਪ੍ਰੈਪਰੇਸ਼ਨ ਕਰ ਲਈ ਟਾਈਮ ਥੋੜਾ ਹੈ ਐਮਸੀਕਿਊ ਕਰਨ ਵਾਸਤੇ ਤੇ ਇਸ ਕਰਕੇ ਥੋੜਾ ਜਆ ਆਪਾਂ ਧਿਆਨ ਦੇ ਲੈਣੇ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੋਵੇ ਸਭ ਤੋਂ ਪਹਿਲਾਂ ਜਿਹੜਾ ਮਾਸਟਰ ਜਿਹੜੀ ਜ਼ਰੂਰੀ ਗੱਲ ਕਹਿੰਦਾ ਹੈ ਉਹ ਕਿਹੜੀ ਗੱਲ ਕਹਿੰਦਾ ਹੈ ਮਾਸਟਰ ਇਹ ਕਹਿੰਦਾ ਹੈ ਕਿ ਜੇ ਕਿਸੇ ਬੱਚੇ ਨੂੰ ਕੋਈ ਡਾਊਟ ਹੋਵੇ ਤਾਂ ਇਸ ਦੇ ਉੱਤੇ ਆਪਣਾ ਡਾਊਟ ਜਿਹੜਾ ਹੈ ਇਹ ਪੋਸਟ ਕਰ ਸਕਦਾ ਹੈ ਡਾਊਟ ਕੋਈ ਵੀ ਇੱਥੇ ਕੀ ਕਰ ਸਕਦਾ ਹੈ ਪੋਸਟ ਕਰ ਸਕਦਾ ਹੈ ਇਨ ਦੀ ਐਂਡ ਜਾਂਦੇ ਜਾਂਦੇ ਆ ਸਮਝਾ ਵੀ ਜਾਊਂਗਾ ਸਮਝਾ ਵੀ ਜਾਊਂਗਾ ਕਿ ਇੱਥੇ ਜੋੜਨਾ ਕਿਵੇਂ ਹੈ ਠੀਕ ਹੈ ਜੋੜਨਾ ਕਿਵੇਂ ਹੈ ਉਹ ਸਮਝਾ ਵੀ ਜਾऊंगा ਠੀਕ ਹੈ ਜੀ ਤੇ ਇਸ ਦੇ ਨਾਲ ਨਾਲ ਤੁਸੀਂ ਆਪਣੇ ਪ੍ਰੈਕਟਿਸ ਵਾਸਤੇ MCQ ਦੇ ਸਕਦੇ ਹੋ ਪਲੱਸ ਲੇਟੈਸਟ ਅਪਡੇਟਸ ਵਾਸਤੇ ਤੁਸੀਂ ਆ ਜਿਹੜੀ ਐਪ ਹੈ ਜ਼ਰੂਰ ਡਾਊਨਲੋਡ ਕਰ ਲਈ ਇੱਥੇ ਤਾਂ ਉੱਪਰ ਕਰੰਟ ਅਫੇਅਰ ਡੇਲੀ ਕੁਇਜ਼ ਵੀਡੀਓਜ਼ ਇਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲਦਾ ਰਹੇਗਾ ਇੱਥੇ ਠੀਕ ਹੈ ਜੀ ਚਲੋ ਵਾਦੇ ਅੱਜ ਦੇ ਸੈਸ਼ਨ ਵਾਦ ਜੇ ਆਪਾਂ ਗੱਲ ਕਰੀਏ ਇਸ ਦੇ ਨਾਲ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਇਹ ਬਲੈਂਕ ਕਿਉਂ ਹੈ ਇਹ ਬਲੈਂਕ ਨਹੀਂ ਹੈਗੀ ਖਾਲੀ ਨਹੀਂ ਹੈਗੀ ਇਹ ਬੇਸਿਕਲੀ ਜਿਹੜਾ ਮੇਰਾ ਸ਼ਡਿਊਲ ਹੈ ਜਿਹੜਾ ਤੁਹਾਡੇ ਨਾਲ ਆਪਾਂ ਕਲਾਸਾਂ ਸਾਂਝੀਆਂ ਕਰਦੇ ਹਾਂ ਉਹਦਾ ਟਾਈਮ ਹੈ ਜੀ ਠੀਕ ਹੈ ਜੀ ਟਾਈਮ ਟੇਬਲ ਕਹਿ ਸਕਦੇ ਹੋ ਤੁਸੀਂ ਦੁਪਹਿਰੇ 1 ਵਜੇ ਜਿਹੜਾ ਆਹ ਟਾਈਮ ਦੇ ਆਪਾਂ ਗੱਲ ਕਰ ਰਹੇ ਹਾਂ ਪੋਲੀਟੀ ਫਿਰ ਜੀਓਗ੍ਰਾਫੀ ਫਿਰ ਹਿਸਟਰੀ ਦੀ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਇੱਥੇ ਠੀਕ ਹੈ ਜੀ ਚਲੋ ਜੀ ਇੱਕ ਵਾਰ ਸੈਸ਼ਨ ਨੂੰ ਸਾਰੇ ਕੀ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਸਾਰੇ ਸੈਸ਼ਨ ਨੂੰ ਕੀ ਕਰਦੇ ਹੁਣ ਚੱਲਦੇ ਆ ਜੀ ਸਭ ਤੋਂ ਪਹਿਲੇ ਕੁਐਸਚਨ ਦੇ ਵੱਲ ਪਹਿਲਾ ਕੁਐਸਚਨ ਕੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਨੋਨ ਮੈਂਬਰਸ ਆਫ ਦਾ ਪਾਰਲੀਮੈਂਟ ਹੈਜ਼ ਦਾ ਰਾਈਟ ਟੂ ਐਡਰੈਸ ਇਟ ਠੀਕ ਹੈ ਮਤਲਬ ਪੰਜਾਬੀ ਜੇ ਸਮਝਾਵਾਂ ਕਿਹੜਾ ਗੈਰ ਸਦਸੇ ਜਿਹੜਾ ਹੈ ਸੰਸਦ ਨੂੰ ਸੰਬੋਧਿਤ ਕਰ ਸਕਦਾ ਹੈ ਪਾਰਟਿਸਿਪੇਟ ਕਰ ਸਕਦਾ ਹੈ ਉਸ ਵਿੱਚ ਆ ਚੀਜ਼ ਪੁੱਛੀ ਜਾ ਰਹੀ ਹੈ ਇਸ ਕੁਐਸਚਨ ਦੇ ਵਿੱਚ ਪਹਿਲਾ ਹੈਗਾ ਜੀ ਅਟਾਰਨੀ ਜਨਰਲ ਆਫ ਇੰਡੀਆ ਦੂਜਾ ਸੋਲੀਸਿਟਰ ਜਨਰਲ ਆਫ ਇੰਡੀਆ ਤੀਜਾ ਚੀਫ ਜਸਟਿਸ ਆਫ ਇੰਡੀਆ ਚੌਥਾ ਆਏਗਾ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਜਿਹੜਾ ਹੈਗਾ ਚੌਥਾ ਆਪਸ਼ਨ ਦੇ ਰੂਪ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਠੀਕ ਹੈ ਜੀ ਹੁਣ ਇਹਦਾ ਆਨਸਰ ਇੱਕ ਵਾਰ ਛੇਤੀ ਜਾਰ ਦੇ ਦਿਓ ਸਾਰੇ ਕੀ ਆਨਸਰ ਹੋਏਗਾ ਇਹਦਾ ਇੱਕ ਵਾਰੀ ਦੇਖੋ ਪ੍ਰਾਣੀਆਂ ਕਲਾਸਾਂ ਦੇ ਵਿੱਚ ਬੜੇ ਹੀ ਬਰੀਕੀ ਨਾਲ ਇਹਨਾਂ ਸਾਰੇ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਹੋ ਕਿ ਜਿਹੜਾ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਉਹਦਾ ਕਿਸੇ ਵੀ ਤਰੀਕੇ ਨਾਲ ਪਾਰਲੀਮੈਂਟ ਨਾਲ ਕੋਈ ਰੂਲ ਨਹੀਂ ਹੁੰਦਾ ਬਸ ਇੱਕੋ ਰੋਲ ਹੁੰਦਾ ਉਹਦਾ ਕਿ ਉਹ ਇਲੈਕਸ਼ਨ ਕਰਵਾਉਂਦਾ ਜੀ ਮਤਲਬ ਮੈਂਬਰਸ ਨੂੰ ਕੀ ਕਰਦਾ ਹੈ ਸ਼ਪਤ ਦਲਾਉਂਦਾ ਹੈ ਜਦੋਂ ਨਹੀਂ ਪਰਚਾ ਭਰਨਾ ਹੁੰਦਾ ਠੀਕ ਹੈ ਦੂਜੀ ਗੱਲ ਕੀ ਕਰਦਾ ਇਲੈਕਸ਼ਨ ਕਮਿਸ਼ਨਰ ਐਮ ਐਲ ਏ ਐਮ ਪੀ ਇਹਨਾਂ ਸਾਰਿਆਂ ਦੇ ਇਲੈਕਸ਼ਨ ਕੰਡਕਟ ਕਰਵਾਉਂਦਾ ਹੈ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਇਸਤੀਫਾ ਜਾਂ ਆਪਾਂ ਗੱਲ ਕਰੀਏ ਕੀ ਹੁੰਦੀ ਜੀ ਐਮ ਪੀ ਉਥ ਜਿਹੜੀ ਹੁੰਦੀ ਹੈ ਉਸ ਵੀਕ ਉਹ ਕਰਵਾਉਂਦਾ ਹੈ ਆਪਣਾ ਇਹ ਬੰਦਾ ਹੁਣ ਆ ਦੋ ਬੰਦੇ ਰਹਿ ਗਏ ਆਪਣੇ ਕੋਲ ਅਟਾਰਨੀ ਜਨਰਲ ਆਰਟੀਕਲ ਨੰਬਰ 76 ਦੇ ਵਿੱਚ ਇਹਨੂੰ ਸਪੈਸ਼ਲ ਪ੍ਰੋਵੀਜ਼ਨਸ ਮਿਲਦੀਆਂ ਨੇ ਜਿਹਨੂੰ ਹਾਈਐਸਟ ਲੀਗਲ ਆਫੀਸਰ ਆਫ ਗਵਰਨਮੈਂਟ ਆਫ ਇੰਡੀਆ ਵੀ ਕਹਿੰਦੇ ਹਾਂ ਇਹ ਬੰਦਾ ਗੈਰ ਇਹਨੂੰ ਪੰਜਾਬੀ ਚ ਕਹੀ ਨਾ ਸਪੈਸ਼ਲ ਕੁਰਸੀ ਲੱਗਦੀ ਇਸ ਲਈ ਇਸ ਲਈ ਕੀ ਲੱਗਦੀ ਹੈ ਸਪੈਸ਼ਲ ਕੁਰਸੀ ਲੱਗਦੀ ਹੈ ਆਰਟੀਕਲ 76 ਦੇ ਅਕੋਰਡਿੰਗ ਹਾਈਐਸਟ ਲੀਗਲ ਆਫੀਸਰ ਆਫ ਗਵਰਨਮੈਂਟ ਆਫ ਇੰਡੀਆ ਵੀ ਹੁੰਦਾ ਹੈ ਜੀ ਇਸ ਦੇ ਨਾਲ-ਨਾਲ ਜਿਹੜਾ ਸੈਕੰਡ ਹਾਈਐਸਟ ਲੀਗਲ ਆਫੀਸਰ ਹੁੰਦਾ ਹੈ ਮਤਲਬ ਇਹਦਾ ਅਸਿਸਟੈਂਟ ਜਿਹੜਾ ਹੁੰਦਾ ਹੈ ਉਹ ਹੁੰਦਾ ਜੀ ਸੌਲੀਸਿਟਰ ਜਨਰਲ ਹੁੰਦਾ ਹੈ ਇਹ ਚੀਜ਼ ਤੁਸੀ ਯਾਦ ਰੱਖਣੀ ਠੀਕ ਹੈ ਜੀ ਜੇ ਇੰਨੀ ਗੱਲ ਕਲੀਅਰ ਹੋ ਗਈ ਤਾਂ ਬਿਲਕੁਲ ਸਹੀ ਹੈ ਹੁਣ ਇਸ ਤੋਂ ਬਾਅਦ ਆਪਾਂ ਵਧਦੇ ਹਾਂ ਅਗਲੇ ਕੁਐਸਚਨ ਦੇ ਵੱਲ ਅਗਲਾ ਕੁਐਸਚਨ ਕੀ ਹੈ ਜੀ ਆ ਦੇਖੋ ਜੀ ਅਗਲਾ ਕੁਐਸਚਨ ਹੈਗਾ ਆ ਦਾ ਐਨਿਊਅਲ ਰਿਪੋਰਟ ਆਫ ਯੂਪੀਐਸਸੀ ਇਜ਼ ਸਬਮਿਟਡ ਟੂ ਠੀਕ ਹੈ ਐਨੂਅਲ ਰਿਪੋਰਟ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈਗਾ ਜਿਹਦਾ ਆਰਟੀਕਲ 312 315 ਵਿੱਚ ਆਂਦਾ ਹੈ ਤੇ ਉਹਦੇ ਬਾਰੇ ਆਪਾਂ ਇਸ ਟਾਈਮ ਗੱਲ ਕਰ ਰਹੇ ਹਾਂ ਠੀਕ ਹੈ ਇਹਦਾ ਜਿਹੜੀ ਰਿਪੋਰਟ ਹੁੰਦੀ ਹੈ ਫਾਈਨਲ ਰਿਪੋਰਟ ਇਹ ਕਿਸ ਨੂੰ ਸਬਮਿਟ ਕਰਦਾ ਹੈ ਆ ਚੀਜ਼ ਅਸੀਂ ਹੁਣ ਦੱਸਣਾ ਹੈ ਠੀਕ ਹੈ ਜੀ ਜਿਵੇਂ ਚ অপਸ਼ਨ ਵਿੱਚ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਪ੍ਰਾਈਮ ਮਿਨਿਸਟਰ ਚੇਅਰਮੈਨ ਆਫ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਠੀਕ ਹੈ ਜੀ ਯੂਪੀਐਸਸੀ ਦੀ ਗੱਲ ਕਰੀਏ ਆਪਣੇ ਇਹੀ ਦਾ ਇਹਦਾ ਚੇਅਰਮੈਨ ਹੀ ਤਾਂ ਰਿਪੋਰਟ ਸਬਮਿਟ ਕਰੂਗਾ ਤਾਂ ਇਹ ਦਾ ਠੀਕ ਹੈ ਜੀ ਸੁਪਰੀਮ ਕੋਰਟ ਨਾਲੀ ਦਾ ਕੋਈ ਮਤਲਬ ਹੀ ਨਹੀਂ ਹੈਗਾ ਤਾਂ ਆ ਗੱਲ ਖਤਮ ਹੋ ਗਈ ਕਲੀਅਰ ਬਚ ਕੇ ਸਾਡੇ ਪ੍ਰਾਈਮ ਮਿਨਿਸਟਰ ਐਂਡ ਪ੍ਰੈਸੀਡੈਂਟ ਹੁਣ ਮੇਨ ਦੇਸ਼ ਦਾ ਕਰਤਾ ਤਰਤਾ ਕੌਣ ਹੈ ਮੇਨ ਦੇਸ਼ ਦੇ ਨਾਮ ਤੇ ਜਿੰਨੇ ਵੀ ਕੰਮ ਹੁੰਦੇ ਨੇ ਜਾਂ ਜਿੰਨੇ ਵੀ ਯੂਪੀਐਸਸੀ ਦੇ ਜਿੰਨੇ ਵੀ ਸਿਵਲ ਸਰਵੰਟ ਹੁੰਦੇ ਨੇ ਉਹ ਪ੍ਰੈਜ਼ੀਡੈਂਟ ਦੇ ਹੇਠ ਕੰਮ ਕਰਦੇ ਨੇ ਅੰਡਰ ਦ ਸੀਲ ਆਫ ਪ੍ਰੈਜ਼ੀਡੈਂਟ ਦੇ ਕੰਮ ਕਰਦੇ ਨੇ ਇਸ ਕਰਕੇ ਯਾਦ ਰੱਖਣਾ ਇਹ ਰਿਪੋਰਟ ਕਿਹਨੂੰ ਸਬਮਿਟ ਕਰਨਗੇ ਪ੍ਰੈਜ਼ੀਡੈਂਟ ਨੂੰ ਫਿਰ ਇਹ ਜਿਹੜਾ ਪ੍ਰੈਜ਼ੀਡੈਂਟ ਹੈ ਅੱਗੇ ਇਹ ਰਿਪੋਰਟ ਸਬਮਿਟ ਕਰਦਾ ਹੈ ਕਿਸ ਨੂੰ ਪਾਰਲੀਮੈਂਟ ਨੂੰ ਕਰਦਾ ਹੈ ਆ ਚੀਜ਼ ਤੁਸੀਂ ਯਾਦ ਰੱਖਿਓ ਜੀ ਆ ਚੀਜ਼ ਤੁਸੀਂ ਯਾਦ ਰੱਖਣੀ ਹੈ ਬਸ ਹੁਣ ਇੱਕ ਚੀਜ਼ ਹੋਰ ਇਹਦੇ ਨਾਲ ਐਡ ਕਰਨੀ ਆ ਆਪਾਂ ਨੇ ਐਡ ਇਹ ਕਰਨੀ ਹੈ ਕਿ ਯੂਨੀਅਨ ਦੀ ਜਿੰਨੀ ਵੀ ਰਿਪੋਰਟਾਂ ਵਾਲੀ ਗੱਲਬਾਤ ਹੁੰਦੀ ਹੈ ਕਿਹੜੀ ਰਿਪੋਰਟਾਂ ਵਾਲੀ ਜਿੰਨੀ ਵੀ ਗੱਲਬਾਤ ਹੁੰਦੀ ਹੈ ਉਹ ਸਾਰੀ ਦੀ ਸਾਰੀ ਕਿਹਦੇ ਕੋਲ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਕੋਲ ਜਾਂਦੀ ਹੈ ਬਸ ਕਹਾਣੀ ਖਤਮ ਠੀਕ ਹੈ ਜੀ ਕਲੀਅਰ ਚਲੋ ਹੁਣ ਵੱਧਦੇ ਹਾਂ ਅਗਲੇ ਕੁਐਸਚਨ ਦੇ ਵੱਲ ਠੀਕ ਹੈ ਅਗਲਾ ਕੁਐਸਚਨ ਕੀ ਕਹਿੰਦਾ ਹੈ ਆ ਦੇਖੋ ਅਗਲਾ ਕੁਐਸਚਨ ਹੋਰ ਵੀ ਸੋਖਾ ਠੀਕ ਹੈ ਅਗਲਾ ਕੁਐਸਚਨ ਹੋਰ ਵੀ ਸੋਖਾ ਤੇ ਇਹਨੂੰ ਜੋੜਾਂਗੇ ਆਪਾਂ ਪਿਛਲੇ ਕੁਐਸਚਨ ਦੇ ਨਾਲ ਇਹਨੂੰ ਜੋੜਾਂਗੇ ਆਪਾਂ ਪਿਛਲੇ ਕੁਐਸਚਨ ਦੇ ਨਾਲ ਜੋੜਾਂਗੇ ਐਡਵੋਕੇਟ ਜਰਨਲ ਇਨ ਈਚ ਸਟੇਟ ਹਰ ਸਟੇਟ ਵਿੱਚ ਜਿਹੜਾ ਐਡਵੋਕੇਟ ਜਰਨਲ ਹੁੰਦਾ ਹੈ ਉਹਨੂੰ ਅਪਾਇੰਟ ਕੌਣ ਕਰਦਾ ਹੈ ਉੱਥੇ ਦਾ ਗਵਰਨਰ ਪ੍ਰੈਜ਼ੀਡੈਂਟ ਜਾਂ ਫਿਰ ਉੱਥੇ ਦਾ ਜਿਹੜਾ ਹਾਈ ਕੋਰਟ ਦਾ ਚੀਫ ਜਸਟਿਸ ਜਾਂ ਫਿਰ ਚੀਫ ਜਸਟਿਸ ਆਫ ਸੁਪਰੀਮ ਕੋਰਟ ਬੜਾ ਸੌਖਾ ਜਿਹਾ ਕੁਐਸਚਨ ਹੈ ਐਡਵੋਕੇਟ ਜਰਨਲ ਠੀਕ ਹੈ ਇਸ ਤੋਂ ਦੋ ਅਨਸਰ ਕੱਢਾਂਗੇ ਦੋ ਚੀਜ਼ਾਂ ਸਮਝਾਂਗੇ ਵੀ ਆਪਾਂ ਉਹ ਹੁਣ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਚਲੋ ਜੀ ਜੇ ਆਪਾਂ ਗੱਲ ਕਰੀਏ ਐਡਵੋਕੇਟ ਜਨਰਲ ਦੀ ਗੱਲ ਕਰੀਏ ਤਾਂ ਇਹ ਬੇਸਿਕਲੀ ਹਰ ਸਟੇਟ ਦੇ ਵਿੱਚ ਹੁੰਦਾ ਹੈ ਜਿਵੇਂ ਕਿ اٹਾਰਨੀ ਜਨਰਲ ਹੁੰਦਾ ਹੈ ਕਿਹਦੇ ਕੋਲ ਯੂਨੀਅਨ ਕੋਲ ਹੁੰਦਾ ਠੀਕ ਇਸੇ ਤਰੀਕੇ ਨਾਲ ਉੱਥੇ ਪ੍ਰੈਜ਼ੀਡੈਂਟ ਉਹਨੂੰ ਅਪਾਇੰਟ ਕਰਦਾ ਸੀ ਇੱਥੇ ਕੌਣ ਕਰੇਗਾ ਗਵਰਨਰ ਇਸ ਬੰਦੇ ਨੂੰ ਅਪਾਇੰਟ ਕਰੇਗਾ ਆ ਚੀਜ਼ ਯਾਦ ਰੱਖ ਲੈਣੀ ਤਾਂ ਇਸ ਤੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਗਵਰਨਰ ਜਿਹੜਾ ਹੈਗਾ اٹਾਰਨੀ ਜਨਰਲ ਐਡਵੋਕੇਟ ਜਨਰਲ ਨੂੰ ਅਪੁਆਇੰਟਮੈਂਟ ਦਿੰਦਾ ਹੈ ਹਰ ਰਾਜ ਦੇ ਵਿੱਚ ਹਰ ਸਟੇਟ ਦੇ ਵਿੱਚ ਇਹ ਬੰਦਾ ਅਪੁਆਇੰਟਮੈਂਟ ਦਿੰਦਾ ਹੈ ਇਹਦਾ ਕਿਸੇ ਵੀ ਤਰੀਕੇ ਨਾਲ ਜਸਟਿਸ ਨਾਲ ਜਾਂ ਜੁਡੀਸ਼ੀਅਨਲ ਕੋਈ ਵੀ ਸੰਬੰਧ ਨਹੀਂ ਹੈ ਕਿਸ ਤਰੀਕੇ ਨਾਲ ਨਹੀਂ ਹੈ ਉਹ ਇੱਕ ਵਾਰੀ ਦੇਖੋ ਅਪੁਆਇੰਟਮੈਂਟ ਅਪੁਆਇੰਟਮੈਂਟ ਦੇ ਸੰਬੰਧ ਨਾਲ ਪਰ ਜੁਡੀਸ਼ੀਅਲ ਨਾਲ ਸੰਬੰਧ ਹੁੰਦਾ ਵੀ ਹੇਗਾ ਹੈ ਕਿਸ ਤਰੀਕੇ ਨਾਲ ਜੇਕਰ ਗੱਲ ਹੋਵੇ ਕਿ ਜੇ ਕੋਈ ਸਟੇਟ ਕਿਸੇ ਕੇਸ ਵਿੱਚ ਇਨਵੋਲ ਹੋਵੇ ਤਾਂ ਉਸ ਕੇਸ ਦੇ ਵਿੱਚ ਉਸ ਸਟੇਟ ਦੇ ਵਿੱਚ ਜਿਹੜੇ ਵੀ ਕੇਸ ਸਰਕਾਰ ਦੇ ਉੱਤੇ ਹੋਣਗੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਕੌਣ ਆਏਗਾ ਇੱਥੇ ਐਡਵੋਕੇਟ ਜਨਰਲ ਆਏਗਾ ਜੀ ਗੱਲ ਖਤਮ ਠੀਕ ਹੈ ਜੀ ਸਿੱਧੀ ਸਾਫ਼ ਗੱਲ ਕਲੀਅਰ ਚਲੋ ਹੁਣ ਅਗਲਾ ਕੁਐਸਚਨ ਦੇਖਦੇ ਹਾਂ ਜੀ ਆਪਣਾ ਤੀਜਾ ਨੰਬਰ ਕੁਐਸਚਨ ਕੀ ਕਹਿੰਦਾ ਹੈ ਦੇਖੋ ਜੀ ਕੈਗ ਜਿਹੜਾ ਹੁੰਦਾ ਹੈ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਜਿਹਦਾ ਆਰਟੀਕਲ 148 ਹੁੰਦਾ ਹੈ ਤੇ ਆਪਾਂ ਨੇ ਯੂਕੇ ਤੋਂ ਆ ਚੀਜ਼ ਲਈ ਹੋਈ ਹੈ ਇਹਦਾ ਦੱਸ ਦੋ ਇਹਦਾ ਆਨਸਰ ਕੀ ਹੋਏਗਾ ਇਹਦਾ ਆਨਸਰ ਦੱਸ ਦੋ ਕੀ ਹੋਏਗਾ ਹੁਣ ਠੀਕ ਹੈ ਜੀ ਕੌਣ ਇਹਨੂੰ ਅਪੁਆਇੰਟਮੈਂਟ ਕਰਦਾ ਹੈ ਇੱਕ ਲੌਜੀਕ ਹਮੇਸ਼ਾ ਮੈਂ ਦਿੰਨਾ ਉਹੀ ਲੌਜੀਕ ਦੇ ਤਹਿਤ ਤੁਸੀ ਚੱਲਣਾ ਹੈ ਕੰਪਟਰੋਲਰ ਆਡੀਟਰ ਜਨਰਲ ਆਫ ਇੰਡੀਆ ਇਜ਼ ਅਪੁਆਇੰਟਡ ਬਾਈ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਫਾਈਨੈਂਸ ਮਿਨਿਸਟਰ ਲੋਕ ਸਭਾ ਕੌਣ ਦਿੰਦਾ ਹੈ ਦੱਸੋ ਜੀ ਆਨਸਰ ਇਹਦਾ ਚਲੋ ਬਈ ਦੱਸੋ ਮੁੰਡਿਓ ਬਈ ਪਟਾਕੇ ਬਹੁਤ ਚਲਾਏ ਹੋਣੇ ਤੁਸੀਂ ਪਰ ਹੁਣ ਇੱਥੇ ਪਟਾਕਾ ਪਾਣ ਦੀ ਵਾਰੀ ਆ ਗਈ ਹੈ ਤੇ 8 ਤਰੀਕ ਨੂੰ ਵੀ ਜਾ ਕੇ ਪਟਾਕੇ ਪਾ ਦਿਓ ਹੋਰ ਨਾ ਤੁਹਾਡੇ ਪਿਆਣ ਪਟਾਕੇ ਕਿਤੇ ਠੀਕ ਹੈ ਇਸ ਕਰਕੇ ਇਹਦਾ ਆਨਸਰ ਜਿਹੜਾ ਹੈ ਇਹ ਪ੍ਰੋਪਰ ਤਰੀਕੇ ਨਾਲ ਤੁਸੀਂ ਹੁਣ ਚੰਗੇ ਤਰੀਕੇ ਨਾਲ ਸੁਲਝ ਸੁਲਝਾ ਕੇ ਆਪਣੇ ਦਿਮਾਗ ਨਾਲ ਫਿਰ ਆਨਸਰ ਦੇਣਾ ਜੀ ਦੱਸੋ ਇਹਦਾ ਆਨਸਰ ਦੇਖੋ ਜੀ ਕੈਗ ਦਾ ਕੰਮ ਕੀ ਹੁੰਦਾ ਹੈ ਕੈਗ ਦਾ ਕੰਮ ਇੱਕੋ ਹੁੰਦਾ ਹੈ ਇਹ ਮਨੀਮ ਹੈ ਸਰਕਾਰ ਦਾ ਕੀ ਹੈ ਜੀ ਸਰਕਾਰ ਦਾ ਮਨੀਮ ਹੈ ਤਾਂ ਮਨੀਮ ਦਾ ਕੰਮ ਕੀ ਹੁੰਦਾ ਪੈਸੇ ਦੀ ਰਖਵਾਲੀ ਕਰਨਾ ਰਖਵਾਲੀ ਇਨ ਸੈਂਸ ਉਹਦਾ ਹਿਸਾਬ ਕਿਤਾਬ ਰੱਖਣਾ ਉਹਦਾ ਹਿਸਾਬ ਕਿਤਾਬ ਰੱਖਣ ਵਾਸਤੇ ਕਮ ਕੰਟਰੋਲਰ ਅਡੀਟਰ ਜਨਰਲ ਆਫ ਇੰਡੀਆ ਆਰਟੀਕਲ 148 ਦੇ ਵਿੱਚ ਮੌਜੂਦ ਹੈ ਇਸ ਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਲਈ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਇਹ ਇਕੱਲਾ ਸਟੇਟ ਯੂਨੀਅਨ ਦਾ ਨਹੀਂ ਯੂਨੀਅਨ ਦੇ ਨਾਲ ਸਟੇਟ ਦੇ ਵੀ ਬਹੀ ਖਾਤੇ ਦੀ ਦੇਖਰੇਖ ਕਰਦਾ ਹੈ ਕਿ ਉਹਦਾ ਐਕਸਪੈਂਸ ਰਿਪੋਰਟ ਜਿਹੜੀ ਹੈ ਇਹ ਚੀਜ਼ ਕਰਦਾ ਹੈ ਤੇ CAG ਵੀ ਆਪਣੀ ਰਿਪੋਰਟ ਕਿਹਨੂੰ ਭੇਜੇਗਾ ਫਿਰ प्रैजीडेंट न ही भेजेगा प्रैजिडेंट अगे चल के जो मर्जी करे जिन्होंने मर्जी दिखावे दैट इज़ पार्लियामेंट के अगे दे दिता है आह चीज तुम्हें याद रखनी है चलो जी अगला क्वेश्चन देखिए हूँ अगला क्वेश्चन की कहता है देखो जी अगला क्वेश्चन बड़ा सौखा ज्या आश्चन बहुत ही इंपॉर्टेंट है आ क्वेश्चन जड़ा है बहुत ही इंपोर्टेंट क्वेश्चन अपने आप के कहता है जेकर ਬਜਟ ਜਿਹੜਾ ਹੈ ਇਹ ਲੈਜਿਸਲੇਚਰ ਆਫ ਸਟੇਟ ਦੇ ਵਿੱਚ ਕੀ ਹੋ ਜਾਵੇ ਡਿਫੀਟ ਹੋ ਜਾਵੇ ਕੀ ਹੋ ਜਾਵੇ ਡਿਫੀਟ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਹੈ ਉਹ ਕੀ ਹੋ ਜਾਵੇ ਡਿਫੀਟ ਹੋ ਜਾਵੇ ਤਾਂ ਉਸ ਕੇਸ ਦੇ ਵਿੱਚ ਕੀ ਸੰਭਾਵਨਾ ਹੋਣਗੀ ਆਪਣੇ ਕੋਲ ਆ ਦੱਸਣਾ ਤੁਸੀਂ ਹੁਣ ਪਹਿਲਾ ਫਾਈਨੈਂਸ ਮਿਨਿਸਟਰ ਅਲੋਨ ਹੈਜ਼ ਟੂ ਰਿਜ਼ਾਈਨ ਕਲਬ ਫਾਈਨੈਂਸ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਂਦਾ ਹੈ ਜੀ ਦੂਜਾ ਫਾਈਨੈਂਸ ਮਿਨਿਸਟਰ ਕਨਸਰਨਡ ਹੈਜ਼ ਟੂ ਬੀ ਸਸਪੈਂਡਡ ਜਿਹੜਾ ਵੀ ਉਹਨੂੰ ਸਸਪੈਂਡ ਕਰ ਦੋ ਇੱਥੇ ਰਿਜ਼ਾਈਨ ਕਰ ਦੋ ਠੀਕ ਹੈ ਜੀ ਵਨ ਇਜ਼ ਦਾ ਸੇਮ ਥਿੰਗ ਹੁੰਦਾ ਮਤਲਬ ਫਾਈਨੈਂਸ ਮਿਨਿਸਟਰ ਨਾਲ ਸੰਬੰਧਿਤ ਹੈ ਤੀਜਾ ਆਂਦਾ ਜੀ ਦ ਕਾਉਂਸਲ ਆਫ ਮਿਨਿਸਟਰਸ ਅਲੋਂਗ ਵਿਦ ਦ ਸੀਐਮ ਹਾਸ ਟੂ ਰਿਜ਼ਾਈਨ ਜਾਂ ਚੌਥਾ ਰੀ ਇਲੈਕਸ਼ਨ ਹੈਵ ਟੂ ਬੀ ਆਰਡਰਡ ਠੀਕ ਹੈ ਜੇ ਗੱਲ ਕਰੀਏ ਇੱਥੇ ਸਦਨ ਦੇ ਵਿੱਚ ਕਹ ਸਰਕਾਰ ਗਿਰ ਜੇਗੀ ਕੀ ਹੋ ਜਾਏਗੀ ਇਹਦਾ ਮਤਲਬ ਹੁੰਦਾ ਸਰਕਾਰ ਦੇ ਕੋਲ ਬਹੁਮਤ ਦੀ ਕਮੀ ਸੀਗੀ ਇਸੇ ਕਰਕੇ ਡੀਫੀਟ ਹੋ ਗਿਆ ਇਸ ਕਰਕੇ ਕਾਉਂਸਲ ਆਫ ਮਿਨਿਸਟਰ ਦੇ ਨਾਲ ਨਾਲ ਸੀਐਮ ਨੂੰ ਰਿਜ਼ਾਈਨ ਦੇਣਾ ਪੈ ਜਾਏਗਾ ਜੇ ਇੱਥੇ ਆਪਾਂ ਇਹਨੂੰ ਰੀਪਲੇਸ ਕਰ ਦਈਏ ਲੈਜਿਸਲੇਚਰ ਤੇ ਵਿਧਾਇਏ ਜੇ ਆਪਾਂ ਗੱਲ ਕਰ ਦਈਏ ਲੋਕ ਸਭਾ ਜਾਂ ਪਾਰਲੀਮੈਂਟ ਕਰ ਦਈਏ ਤਾਂ ਉਸ ਕੈਂ ਉਸ ਟਾਈਮ ਕੀ ਹੋ ਜਾਏਗਾ ਕਾਉਂਸਲ ਆਫ ਮਿਨਿਸਟਰ ਦੇ ਨਾਲ ਪੀਐਮ ਨੂੰ ਰਿਜ਼ਾਈਨ ਕਰਨਾ ਪੈ ਜਾਏਗਾ ਥੈਟ ਇਜ਼ ਆਪਸ਼ਨ ਨੰਬਰ 3 ਹੈ ਜੀ ਸਾਡਾ ਬਿਲਕੁਲ கரੈਕਟ ਆਨਸਰ ਹੋਏਗਾ ਆ ਚੀਜ਼ ਤੁਸੀਂ ਯਾਦ ਰੱਖਿਓ ਕਲੀਅਰ ਚਲੋ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਕੀ ਕਹਿੰਦਾ ਹੈ ਅੱਛਾ ਫੇਰ ਉਹੀ ਕੁਐਸਚਨ ਆ ਗਿਆ ਚਲੋ ਜੀ ਅਗਲਾ ਕੁਐਸਚਨ ਕੀ ਕਹਿੰਦਾ ਹੈ ਬੱਚੇ in which state of india is there a uniform civil code thik hai bharat de kede raj de vich bharat de kede raj de vich uniform civil code jada hega e dekhnu milda hai meghalaya kerala haryana ya fir goa dasso bhai mundeyo ida answer ki hovega hun ida answer ki hovega mundeyo dasso ik bari thik hai ji je uniform civil code di gal kariye uniform civil code di gal kariye matlab har ek jagah ek ojhe kanoon jade hoye hai honge ਪਰ ਕੁਝ ਕਰਨਾ ਕਰਕੇ ਸਟੇਟ ਟੂ ਸਟੇਟ ਕਾਨੂੰਨ ਕਿਹਾ ਹੈ ਕੁਝ ਕਾਨੂੰਨ ਵੈਰੀ ਕਰਦੇ ਹੈ ਜਿੱਦਾ ਲੈਂਡ ਦਾ ਲੈ ਕੇ ਦੇਖ ਲਓ ਠੀਕ ਹੈ ਜਿੱਦਾ ਹੁਣ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਆਪਾਂ ਠੀਕ ਹੈ ਪੰਜਾਬ ਜਿੰਨੀ ਮਰਜ਼ੀ ਖਰੀਦੀ ਚਲੋ ਹੁਣ ਬਚੀ ਕੋਈ ਨਹੀਂ ਹੁਣ ਕਹਿੰਦੇ ਕਿ ਅਮਰੀਕਾ ਕੈਨੇਡਾ ਵੱਲ ਪਲਾੜ ਕੱਟਣੇ ਸਟਾਰਟ ਕਰਤੇ ਚੰਦ ਤੱਕ ਪਲਾੜ ਕੱਟਣੇ ਸਟਾਰਟ ਕਰਤੇ ਹੈਨਾ ਯੂਨੀਫਾਰਮ ਸਿਵਲ ਕੋਡ ਆਰਟੀਕਲ 44 ਦੇ ਵਿੱਚ ਦੇਖਣ ਨੂੰ ਮਿਲਦਾ ਹੈ ਡੀ ਪੀ ਐਸ ਪੀ ਦੇ ਅੰਤਰਗਤ ਆਂਦਾ ਹੈ ਆ ਚੀਜ਼ ਤੁਸੀਂ ਯਾਦ ਰੱਖਣੀ ਹੈ ਤੇ ਡੀ ਪੀ ਐਸ ਪੀ ਦੀ ਗੱਲ ਕਰੀਏ ਡੀ ਪੀ ਐਸ ਪੀ ਦੀ ਗੱਲ ਕਰੀਏ ਆਰਟੀਕਲ 44 ਦੇ ਵਿੱਚ ਜਿਹੜਾ ਹੈ ਸਿਰਫ ਭਾਰਤ ਦੀ ਇੱਕੋ ਮਾਤਰ ਸਟੇਟ ਹੈ ਜਿੱਥੇ ਦੇਖਣ ਨੂੰ ਮਿਲਦਾ ਹੈ 댓 ਇਜ਼ ਗੋਆ ਠੀਕ ਹੈ ਜਿਹੜਾ ਕਹਿੰਦੇ ਨੇ ਨਾ ਕਿ ਗਰਮੀਆਂ 'ਚ ਕਹਿੰਦੇ ਗੋਆ ਘੁੰਮਣ ਜਾਣਾ ਉਹ ਵਾਲਾ ਗੋਆ ਹੈ ਇੱਥੇ ਠੀਕ ਹੈ ਜਿੱਥੇ ਸਸਤੀ ਬਹੁਤ ਮਿਲਦੀ ਹੈ ਠੀਕ ਹੈ ਆ ਚੀਜ਼ ਸਮਝੋ ਸਮਝ ਗਏ ਨਾ ਮਤਲਬ ਕੀ ਹੈ ਜੀ ਜਿਹੜਾ ਪੰਜਾਬੀਆਂ ਦੇ ਦੋ ਅਥਰੇ ਸ਼ੌਂਕ ਨੇ ਉਹ ਸਸਤੀਆਂ ਬਹੁਤ ਮਿਲਦੀਆਂ ਇੱਥੇ ਠੀਕ ਹੈ ਜੀ ਚਲੋ ਇਹ ਹੋ ਗਿਆ ਗੋਆ ਠੀਕ ਹੈ ਜੀ ਗੋਆ ਦੀ ਭਾਸ਼ਾ ਕਿਹੜੀ ਹੈ ਕੌਂਕਣੀ ਹੈ ਤੇ ਕੌਂਕਣੀ ਦੇ ਨਾਲ ਯਾਦ ਰੱਖਣਾ ਕੌਂਕਣੀ ਦੇ ਨਾਲ ਯਾਦ ਰੱਖਣਾ 71ਵੇਂ ਸੰਸ਼ੋਧਨ ਦੇ ਵਿੱਚ ਕੌਂਕਣੀ ਐਡ ਕੀਤੀ ਗਈ ਸੀ 71ਵੇਂ ਸੰਸ਼ੋਧਨ ਦੇ ਵਿੱਚ ਕੌਂਕਣੀ ਜਿਹੜੀ ਹੈ ਇਹ ਐਡ ਕੀਤੀ ਗਈ ਸੀਗੀ ਭਾਗ 17 ਤੇ ਸ਼ੈਡਿਊਲ 8 ਚ ਐਡ ਕੀਤੀ ਗਈ ਸੀ ਯਾਦ ਰੱਖਿਓ ਐਨੀ ਗੱਲਬਾਤ ਕਲੀਅਰ ਹੋ ਗਈ ਜੀ ਐਨੀ ਗੱਲਬਾਤ ਕਲੀਅਰ ਪੂਰੀ ਚਲੋ ਜੀ ਹੁਣ ਅਗਲਾ ਚੀਜ਼ ਦੇਖ ਲੈਣੇ ਆਪਾਂ ਅਗਲੀ ਚੀਜ਼ ਦੇਖ ਲੈਣੇ ਅਗਲੀ ਚੀਜ਼ ਕੀ ਹੈ ਆ ਦੇਖੋ ਹੈਨਾ ਅਗਲਾ ਕੁਐਸਚਨ ਦੇਖਦੇ ਹਾਂ ਅਗਲਾ ਕੁਐਸਚਨ ਕੀ ਕਹਿੰਦਾ ਹੈ ਭਾਈ ਆਨਸਰ ਜਿਹਦੇ ਜਿਹਦੇ ਸਹੀ ਆਉਂਦੇ ਨੇ ਨਾ ਉਹ ਆਪਣਾ ਆਪਣਾ ਹਿਸਾਬ ਦਾ ਦੇਖ ਲਿਓ ਕਿ ਜੇ ਕੋਈ ਡਾਊਟ ਆਇਆ ਤਾਂ ਟੈਲੀਗ੍ਰam ਚੈਨਲ ਤੇ ਪੁੱਛ ਲਿਓ ਠੀਕ ਹੈ ਅਗਲਾ ਕੁਐਸਚਨ ਕੀ ਕਹਿੰਦਾ ਹੈ ਬੱਚਾ ਬਾਡੀ ਇਨ ਵਿਚ ਇਅਰ ਵੇਰ ਦਾ ਇੰਡੀਅਨ ਸਟੇਟ ਵੇਰ ਦਾ ਇੰਡੀਅਨ ਸਟੇਟ ਸਟੇਟਸ ਰੀਆਰਗੇਨਾਈਜ਼ਡ ਓਨ ਦਾ ਬੇਸਿਸ ਆਫ ਲਿੰਗੁਇਸਟਿਕ ऑन द लिंग्विस्टिक बेसिस ठीक है भाषा ਦੇ ਆਧਾਰ ਤੇ ਦੁਬਾਰਾ ਤੋਂ ਫਿਰ ਜਿਹੜਾ ਕਿ ਪੁਨਰਗਠਨ ਹੋਇਆ ਸੀਗਾ ਸਟੇਟਸ ਦਾ ਇਹ ਕਦੋਂ ਹੋਇਆ ਸੀਗਾ 47 51 56 ਜਾਂ ਫਿਰ 66 66 ਦਾ ਪੰਜਾਬ ਹੋਇਆ ਸੀ ਤਾਂ ਮਤਲਬ ਇਹ ਤਾਂ ਹੋਰ ਹੁਣ ਤੋਂ ਗਿਆ ਠੀਕ ਹੈ 47 ਚਾਪ ਆਜ਼ਾਦ ਹੋਏ ਸੀ ਤਾਂ ਆਹ ਤਾਂ ਆਪਾਂ ਡਬਲ ਫਲਿੱਪ ਐਵੇਂ ਕਰਤਾ ਹੋਰ ਦੱਸੋ ਠੀਕ ਹੈ ਹੁਣ ਆਂਦੇ ਸਾੜ ਤਾਂ ਕਿਹ ਜਿਹੜੀ ਕੁੜੀ ਹੈ ਕੁੜੀ ਮੁੰਡਾ ਆਰਡਰ ਨਹੀਂ ਹੁੰਦੇ ਹੈਗੇ ਕੁਝ ਟਾਈਮ ਬਾਅਦ ਹੁੰਦੇ ਮਤਲਬ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਤਾਂ ਅਜੇ ਤਾਜ਼ਾ ਤਾਜ਼ੇ ਹੋਏ ਨੇ ਤੇ ਹਜੇ ਤਾਂ ਕੁਝ ਹੋਣ ਤੋਂ ਗਿਆ ਇਦਾਂ ਨਹੀਂ ਮੰਗ ਉੱਠੀ ਹੈਗੀ ਨਹੀਂ ਇਹ ਮੰਗ ਉੱਠੀ ਸੀ ਪਹਿਲੀ ਵਾਰ 1953 ਦੇ ਵਿੱਚ ਮੰਗ ਉੱਠੀ ਸੀਗੀ ਜਿਸ ਨਾਲ ਜਿਹੜਾ ਸੀ ਆਪਣਾ ਸਟੇਟ ਆਫ ਆਂਧਰਾ ਅਲੱਗ ਬਣੀ ਸੀਗੀ ਯਾਦ ਰੱਖਿਓ ਪਰ ਜੇ ਗੱਲ ਕਰੀਏ ਸਾਰੀਆਂ ਸਟੇਟਾਂ ਨੂੰ ਭਾਸ਼ਾ ਦੇ ਆਧਾਰ ਤੇ ਬਣਾ ਦਿੱਤਾ ਗਿਆ ਸੀਗਾ 7th ਅਮੈਂਡਮੈਂਟ 1956 ਦੇ ਤਹਿਤ ਆ ਚੀਜ਼ ਅਡ ਹੋ ਗਈ ਸੀ ਇਹਦੇ ਨਾਲ 7th ਜਿਹੜਾ ਪਾਰਟ ਸੀਗਾ ਉਹ ਵੀ ਕੀ ਹੋ ਗਿਆ ਸੀ ਅਡ ਹੋ ਗਿਆ ਸੀ ਆ ਚੀਜ਼ ਤੁਸੀਂ ਯਾਦ ਰੱਖਿਓ ਠੀਕ ਹੈ ਸੈਵਨਥ ਪਾਰਟ ਵੀ ਕੀ ਹੋ ਗਿਆ ਸੀ ਅਡ ਹੋ ਗਿਆ ਸੀ ਆ ਵੀ ਚੀਜ਼ ਤੁਸੀਂ ਯਾਦ ਰੱਖਣੀ ਮਿੱਤਰੋ ਠੀਕ ਹੈ ਜੀ ਆਹ ਹੋ ਗਿਆ ਠੀਕ ਹੈ ਅੱਜ ਦੀ ਸਟੇਟ ਅੱਜ ਦੀ ਡੇਟ ਵਿੱਚ ਕਿੰਨੀਆਂ ਸਟੇਟਾਂ ਨੇ ਤੇ ਯੂਟੀਆ ਨੇ ਦੱਸੋ ਇੱਕ ਵਾਰੀ ਮਾੜਾ ਜਿਆ ਅੱਗੇ ਆਪਣੇ ਕੋਲ ਕੁਐਸਚਨ ਹੈਗਾ ਜਿਹਦੇ ਉੱਤੇ ਇਹੀ ਚੀਜ਼ ਪੁੱਛੀ ਗਈ ਹੈ ਕਿ 1956 ਦੇ ਵਿੱਚ ਕਿੰਨੀਆਂ ਸਟੇਟਾਂ ਤੇ ਕਿੰਨੀਆਂ ਯੂਟੀਆਂ ਸੀਗੀਆਂ ਠੀਕ ਹੈ ਆ ਤੁਸੀਂ ਦੱਸੋ ਕਿ ਹਾਲ ਦੀ ਘੜੀ ਕਿੰਨੀਆਂ ਨੇ ਆਪਣੇ ਕੋਲ ਚਲੋ ਜੀ ਅਗਲਾ ਕੁਐਸਚਨ ਦੇਖਦੇ ਆਪਾਂ ਅਗਲਾ ਕੁਐਸਚਨ ਕੀ ਕਹਿੰਦਾ ਜੀ ਦੇਖੋ ਇੱਕ ਵਾਰੀ ਠੀਕ ਹੈ द मेन फीचर ऑफ फेडरल स्टेट फेडरल स्टेट क्या है संघीय संघ राज्य दी मेन धारणा क्या है मेन धारणा या मेन फीचर की है जी डीसेंट्रलाइजेशन सेंट्रलाइजेशन थ्योरी ऑफ सेपरेशन ऑफ पावर्स या फिर सोवरेनिटी सोवरेनिटी का मतलब क्या होता है आजादी पूरी डीसेंट्रलाइजेशन का मतलब होता है विकेंद्रीकरण सेंट्रलाइजेशन केंद्रीकरण थ्योरी ऑफ सेपरेशन ऑफ पावर्स मतलब पावर डिवाइड हो जाना राइट right? चलो जी द सो एक पूरी सारे आंसर की होगा एदा ਆ ਚਲੋ ਜੀ ਜੇ ਆਪਾਂ ਗੱਲ ਕਰੀਏ ਬੱਚਾ ਪਾਰਟੀ ਦੀ ਤਾਂ ਫੈਡਰਲ ਸਟਰਕਚਰ ਜਿਹੜਾ ਆਪਾਂ ਨੇ ਕੈਨੇਡਾ ਤੋਂ ਚੱਕਿਆ ਹੋਇਆ ਹੈ ਫੈਡਰਲ ਸਟਰਕਚਰ ਜਿਹੜਾ ਕੈਨੇਡਾ ਤੋਂ ਚੱਕਿਆ ਹੋਇਆ ਹੈ ਉਹਦੇ ਬਾਰੇ ਆਪਾਂ ਗੱਲ ਕਰ ਦਨੇ ਆ ਹੁਣੇ ਉਹਦੇ ਬਾਰੇ ਹੁਣੇ ਹੀ ਗੱਲ ਕਰ ਦਨੇ ਆ ਗੱਲ ਕੀ ਹੈ ਜੀ ਧਿਆਨ ਨਾਲ ਦੇਖ ਲਓ ਇੱਕ ਵਾਰੀ ਕੈਨੇਡਾ ਦੇ ਬਾਰੇ ਗੱਲ ਕੀਹੀ ਜਾ ਰਹੀ ਹੈ ਤਾਂ ਫੈਡਰਲ ਸਟਰਕਚਰ ਦਾ ਮਤਲਬ ਹੈ ਯੂਨੀਅਨ ਐਂਡ ਸਟੇਟ ਹੋ ਗਿਆ ਯੂਨੀਅਨ ਐਂਡ ਸਟੇਟ ਵਾਲਾ ਮੋਰਚਾ ਮਾਰਿਆ ਹੋਇਆ ਆਪਾਂ ਨੇ ਯੂਨੀਅਨ ਐਂਡ ਸਟੇਟ ਵਾਲਾ ਜੇ ਮੋਰਚਾ ਮਾਰਿਆ ਹੋਇਆ ਹੈ ਤਾਂ ਇਹਦਾ ਮਤਲਬ ਇਹ ਗੱਲ ਕਲੀਅਰ ਹੋ ਥਿਉਰੀ ਆਫ ਸੈਪਰੇਸ਼ਨ ਦੀ ਪਾਵਰ ਜਿਹੜਾ ਕੀ ਆਪਾਂ ਗੱਲ ਕਰੀਏ ਭਾਗ 7ਵੇਂ ਦੇ ਵਿੱਚ ਤਿੰਨ ਲਿਸਟਾਂ ਦਿੱਤੀਆਂ ਗਈਆਂ ਨੇ ਯੂਨੀਅਨ ਸਟੇਟ ਤੇ ਕੰਕੋਰਡੈਂਟ ਲਿਸਟ ਦਿੱਤੀਆਂ ਗਈਆਂ ਨੇ ਉਹਦੀ ਚਰਚਾ ਕੀਤੀ ਜਾਂਦੀ ਹੈ ਇੱਥੇ ਦੈਟ ਇਜ਼ ਸੈਪਰੇਸ਼ਨ ਆਫ ਪਾਵਰ ਕੀਤੀ ਜਾਂਦੀ ਹੈ ਯਾਦ ਰੱਖਿਓ ਜੀ ਠੀਕ ਹੈ ਚਲੋ ਜੀ ਚਲੋ ਅਗਲਾ ਕੁਐਸਚਨ ਦੇਖਦੇ ਹੁਣ ਅਗਲਾ ਕੁਐਸਚਨ ਕੀ ਕਹਿੰਦਾ ਹੈ ਆ ਆ ਗਿਆ ਸਾਡੇ ਕੋਲ ਆਹ ਵਾਲਾ ਕੁਐਸਚਨ the state reorganization in 1956 created ਹੁਣ ਇਹ ਗੱਲ ਕਰਕੇ ਅਟਿਆ ਕਿ 1956 ਦੇ ਵਿੱਚ ਜਦੋਂ 7th ਕਨਸਟੀਟਿਊਸ਼ਨਲ ਅਮੈਂਡਮੈਂਟ ਹੋਇਆ ਸੀਗਾ ਉਦੋਂ ਸਾਡੇ ਕੋਲ ਕਿੰਨੀਆਂ ਸਟੇਟਾਂ ਤੇ ਯੂਟੀਆਂ ਆਈਆਂ ਸਨ ਚਾਰ ਆਪਸ਼ਨ ਦਿੱਤੇ ਦੋਵਈ ਆਨਸਰ ਇਹਦਾ ਮੁੰਡਿਓ ਕੀ ਹੋਏਗਾ ਇਹਦਾ ਆਨਸਰ ਇੱਕ ਵਾਰੀ ਦੋ ਦੇਖਦੇ ਆ ਕਿੰਨੀ ਕਿ ਤਿਆਰੀ ਖਿਜੀ ਪਈ ਆ ਚਲੋ ਵੀ ਦੋ ਅਨਸਰੀ ਦਾ ਕੀ ਹੋਏਗਾ ਚਲੋ ਵੀ ਮੁੰਡਿਓ ਦੇਖੋ ਜੀ ਹੁਣ ਕੀ ਬਾਣਾ ਵਰਤਦਾ ਹੈ ਜੇ ਗੱਲ ਕਰੀਏ 14 ਸਟੇਟਾਂ ਤੇ 6 ਯੂਟੀਆਂ ਸੀਗੀਆਂ ਉਹ ਤੁਹਾਡੇ ਕੋਲ ਇਹ 10 ਨਾਲ ਵਧੀਆਂ ਵਧੀਆਂ ਹੱਦ ਤੋ ਦਰਾਂ ਵਧੀਆਂ 29 ਬਣ ਗਈਆਂ 29 ਦੇ ਬਾਅਦ ਫਿਰ ਘਟ ਕੇ 28 ਹੀ ਬਣ ਗਈ ਫਿਰ ਯੂਟੀਆਂ ਵੀ ਇਕੱਠੀਆਂ ਕਰ ਲਿਆ ਦਾਦਰ ਨਾਗਰ ਹਵੇਲੀ ਦਮਰੰਦ ਦੀ ਉਹ ਵੀ ਇਕੱਠੀਆਂ ਕਰ ਲਿਆ ਪਏ ਵਾਪਸ ਤਾਂ ਇਸ ਤਰੀਕੇ ਨਾਲ ਜੇ ਆਪਾਂ ਗਲਤ ਕਰੀਏ ਤਾਂ ਉਸ ਟਾਈਮ ਸਾਡੇ ਕੋਲ 6 ਯੂਟੀਆਂ ਸੀਗੀਆਂ ਇਸ ਤੋਂ ਪਹਿਲਾਂ ਜਿਹੜੀ ਆ ਸਟੇਟਾਂ ਸੀਗੀਆਂ ਔਰ ਆਰਗੇਨਾਈਜ਼ ਸੀਗੀਆਂ A ਕੈਟਾਗਰੀ B ਕੈਟਾਗਰੀ ਤੇ C ਤੇ D ਕੈਟਾਗਰੀ ਜੋ ਕਿ 7ਵੇਂ 파ਰਟ ਦੇ ਵਿੱਚ ਸੀਗੀਆਂ ਜੋ ਅੱਜ ਇਹ 파ਰਟ ਡਿਲੀਟ ਹੋ ਗਿਆ ਸੀ ਆ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਆ ਵੀ ਭਾਗ ਕੀ ਹੋ ਗਿਆ ਸੀਗਾ ਡਿਲੀਟ ਹੋ ਗਿਆ ਸੀਗਾ ਆ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਪ੍ਰੋਪਰ ਤਰੀਕੇ ਨਾਲ ਚਲੋ ਜੀ ਹੁਣ ਅੱਗੇ ਵਧੀਏ ਜੀ ਅਗਲਾ ਕੁਐਸਚਨ ਦੇਖਦੇ ਹਾਂ ਅਗਲਾ ਕੁਐਸਚਨ ਕੀ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਐਪੈਕਸ ਆਫ ਦਾ ਸਬੋਡੀਨੇਟ ਕ੍ਰਿਮੀਨਲ ਕੋਰਟ ਹੁਣ ਐਪੈਕਸ ਕੀ ਹੁੰਦਾ ਜੀ ਕੁਐਸਚਨ ਦਾ ਮਤਲਬ ਦੇਖੋ ਜੀ ਸਭ ਤੋਂ ਪਹਿਲਾਂ ਐਪੈਕਸ ਦਾ ਮਤਲਬ ਕੀ ਹੁੰਦਾ ਜੀ ਸਰਵੋਚ ਦਾ ਜਸਟ ਉੱਪਰ ਵਾਲਾ ਉੱਪਰ ਵਾਲੀ ਅਥਾਰਟੀ ਸਬੋਡੀਨੇਟ ਕ੍ਰਿਮੀਨਲ ਕੋਰਟ ਸਬੋਡੀਨੇਟ ਕ੍ਰਿਮੀਨਲ ਕੋਰਟ ਕਿੱਥਿਆਂ ਦਾ ਹਰਾਰਕੀ ਵਿੱਚ ਆ ਵੀ ਇੱਕ ਵਾਰੀ ਦੱਸਦੇ ਹਾਂ ਆਪਸ਼ਨ ਦੇਖ ਲਓ ਜੀ ਕਿ ਜੇ ਆਪਾਂ ਗੱਲ ਕਰੀਏ ਤੇ ਸਬੋਡੀਨੇਟ ਤੋਂ ਉੱਚਨਲਾ ਕੋਰਟ ਕਿਹੜਾ ਹੁੰਦਾ ਜੀ ਸੁਪਰੀਮ ਕੋਰਟ ਹਾਈ ਕੋਰਟ ਜਾਂ ਫਿਰ ਕੋਰਟ ਆਫ ਸੈਸ਼ਨ ਜਾਂ ਡਿਸਟ੍ਰਿਕਟ ਜੱਜ ði ਸਬੋਡੀਨੇਟ ਕੋਰਟ ਦੀ ਹਾਈਐਸਟ ਅਥਾਰਟੀ ਕਿੱਥੇ ਹੁੰਦੀ ਜਿੱਥੇ ਤੱਕ ਉਹ ਅਪੀਲ ਕਰ ਸਕਦਾ ਹੈ ਭਾਰਤ ਵਿੱਚ ਜਦੋਂ ਗੱਲ ਕਰੀਏ ਭਾਰਤ ਵਿੱਚ ਜੇਕਰ ਗੱਲ ਕਰੀਏ ਕਿਸੇ ਦੀ ਆਪਣਾ ਕੀ ਕਹਿੰਦੇ ਉਹਨਾਂ ਨੂੰ ਜੁਡੀਸ਼ਰੀ ਦੀ ਜੁਡੀਸ਼ਰੀ ਜਿਹੜੀ ਹੈ ਉਹ ਹੈ ਇੰਟੀਗ੍ਰੇਟਿਡ ਹੈ ਇੰਟੀਗ੍ਰੇਟ ਦਾ ਮਤਲਬ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਫਿਰ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਕੋਰਟ ਤੋਂ ਬਾਅਦ ਫਿਰ ਸਬਆਰਡੀਨੇਟ ਕੋਰਟ ਸਬਆਰਡੀਨੇਟ ਬਾਅਦ ਨਾਇਬ ਤਹਿਸੀਲਦਾਰ ਦੀ ਕੋਰਟ ਇਸ ਤਰੀਕੇ ਨਾਲ ਥੱਲੇ ਦੀ ਵੰਗ ਵਗਦੇ ਜਾਂਦੇ ਹਨ ਪਰ ਜੇ ਸਬਆਰਡੀਨੇਟ ਕੋਰਟ ਨੇ ਕਿਸੇ ਵੀ ਚੀਜ਼ ਦੇ ਆਪਾਂ ਚੈਲੰਜ ਚੁਲੰਜ ਕਰਨਾ ਹੋਵੇ ਤਾਂ ਹਾਈएस्ट ਅਥਾਰਟੀ ਜਿਹੜੀ ਹੁੰਦੀ ਹੈ ਉਹਦੇ ਲਈ ਤਾਂ ਉਹ ਮੰਨੀ ਜਾਂਦੀ ਹੈ ਉਸ ਸਟੇਟ ਦੀ ਜਿਹੜਾ ਕੀ ਹੁੰਦਾ ਹੈ ਹਾਈ ਕੋਰਟ ਹੁੰਦਾ ਹੈ ਆ ਮੰਨਿਆ ਜਾਂਦਾ ਹੈ ਦੈਟ ਇਜ਼ ਵੀ ਇਜ਼ ਦਾ ਕਰੈਕਟ ਆਨਸਰ ਹੁਣ ਸੁਪਰੀਮ ਕੋਰਟ ਨਾਲ ਕੀ ਚੀਜ਼ ਰਿਸ਼ਤਾ ਹੈ ਸਾਡਾ ਆਰਟੀਕਲ 32 ਨਾਲ ਸੰਬੰਧ ਰੱਖਦੇ ਆਪਾਂ ਫੰਡਾਮੈਂਟਲ ਰਾਈਟ ਦੇ ਨਾਲ ਫੰਡਾਮੈਂਟਲ ਰਾਈਟ ਦੇ ਨਾਲ ਇੱਕ ਚੀਜ਼ ਹੋਰ ਸੰਬੰਧ ਰੱਖਦੇ ਆਪਾਂ ਉਹ ਕੀ ਹੈ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਤਾਂ ਫਾਈਨਲ ਅਥਾਰਟੀ ਹੈ ਜੀ ਫਾਈਨਲ ਅਥਾਰਟੀ ਹੈਗੀ ਆਪਣੀ ਕਿਹਦੇ ਕੋਲ ਕਨਸਟੀਟਿਊਸ਼ਨ ਦੀ ਕਾਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਦੀ ਇੰਟਰਪ੍ਰੀਟੇਸ਼ਨ ਦੀ ਠੀਕ ਹੈ ਆ ਚੀਜ਼ ਉਸ ਯਾਦ ਰੱਖਿਓ ਬਸ ਮੁੱਖੀ ਗੱਲ ਹੈਨਾ ਆ ਚੀਜ਼ ਯਾਦ ਰੱਖਣਾ ਆਰਟੀਕਲ 143 ਯਾਦ ਰੱਖੋ ਆ ਰਾਸ਼ਟਰਪਤੀ ਕੀ ਮੰਗਦਾ ਹੈ ਸਲਾਹ ਮੰਗ ਲੈਂਦਾ ਹੈ ਇਹ ਤੋਂ ਸੁਪਰੀਮ ਕੋਰਟ ਤੱਕ ਹੀ ਬਿੱਲੇ ਬੈਠੇ ਖਾਈ ਜਾਂਦੇ ਹੋ ਚਲੋ ਭਾਈ ਕਿ ਸਲਾਹ ਹੀ ਦੇ ਦਿਓ ਤੁਹਾਨੂੰ ਠੀਕ ਹੈ ਸਲਾਹ ਲੈ ਕੇ ਵੀ ਕਹਿ ਸਕਦਾ ਜਾਓ ਥੋੜੇ ਇੰਨਾ ਇੰਨਾ ਕੁਝ ਕਰਾਇਆ ਉਸ ਤੋਂ ਬਾਅਦ ਜਾ ਕੇ ਆ ਸਲਾਹ ਦਿੱਤੀ ਮੈਨੂੰ ਮੈਂ ਨਹੀਂ ਮੰਦਾ ਗੱਲ ਮਤਲਬ ਕਿ ਸੁਪਰੀਮ ਕੋਰਟ ਦੀ ਸਲਾਹ ਸੁਪਰੀਮ ਕੋਰਟ ਨੂੰ ਸਲਾਹ ਦੇਣਾ ਮਜਬੂਰੀ ਹੈ ਰਾਸ਼ਟਰਪਤੀ ਨੂੰ ਪਰ ਮੰਨਣਾ ਨਾ ਮੰਨਣਾ ਇਹ ਰਾਸ਼ਟਰਪਤੀ ਤੇ ਹੈ ਠੀਕ ਹੈ ਐਵੇਂ ਘਰੇ ਵੀ ਸਾਡੇ ਨਾਲ ਬਾਰੀ ਵਾਰ ਹੁੰਦਾ ਹੈ ਨਾ ਉਹੀ ਚੀਜ਼ ਹੈ ਜੀ ਠੀਕ ਹੈ ਜੀ ਚਲੋ ਹੁਣ ਅਗਲੀ ਚੀਜ਼ ਅਗਲਾ ਕੁਐਸਚਨ ਦੇਖੋ ਜੀ ਅਗਲਾ ਕੁਐਸਚਨ ਕੀ ਕਹਿੰਦੇ ਆਪਾਂ ਦਾ ਜਜੇਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਕੈਨ ਬੀ ਰਿਮੂਵਡ ਬਾਈ ਠੀਕ ਹੈ ਜੇ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਜ ਕਿਹਦੇ ਦੁਆਰਾ ਰਿਮੂਵ ਕੀਤੇ ਜਾ ਸਕਦੇ ਹੈ ਪ੍ਰੈਜ਼ੀਡੈਂਟ ਪਾਰਲੀਮੈਂਟ ਯੂਨੀਅਨ ਕਾਉਂਸਲ ਆਫ ਮਿਨਿਸਟਰ ਜਾਂ ਫਿਰ ਚੀਫ ਜਸਟਿਸ ਆਫ ਸੁਪਰੀਮ ਕੋਰਟ ਦੱਸੋ ਇਹਦਾ ਆਨਸਰ ਕੀ ਹੋਏਗਾ ਹੁਣ ਬੜਾ ਸੌਖਾ ਜਿਹਾ ਕੁਐਸਚਨ ਹੈ ਦੱਸੋ ਮੁੰਡੇ ਵੀਦਾ ਆਨਸਰ ਕੀ ਹੋਏਗਾ ਹੁਣ ਦੱਸੋ ਵੀ ਦੱਸੋ ਇੱਕ ਵਾਰੀ ਮੜਿਆ ਪਾਣੀ ਪਣੀ ਪੀ ਲਈਏ ਚਲੋ ਜੀ ਆ ਪਿਆਲੀ ਵੀ ਪਾਣੀ ਦੀ ਪੀ ਲਈ ਆਪਾਂ ਨੇ ਤੇ ਹੁਣ ਜਿਹੜਾ ਅੰਤਰ ਸੀਗਾ ਉਹ ਵੀ ਦੱਸ ਦਨੇ ਆ ਜੀ ਜਿਹੜੇ ਜੱਜ ਤੇ ਸੁਪਰੀਮ ਕੋਰਟ ਦੇ ਜੱਜ ਹੁੰਦੇ ਹੈ ਇਹਨਾਂ ਨੂੰ ਰੰਬੂਬ ਕਰਨ ਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਇਹ ਬੇਸਿਕਲੀ ਸਟਾਰਟ ਹੋ ਜਾਂਦਾ ਦੀ ਪਾਰਲੀਮੈਂਟ ਤੋਂ ਪਰ ਉਹ ਪ੍ਰੋਸੀਜਰ ਦੀ ਗੱਲ ਨਹੀਂ ਪੁੱਛ ਰਿਆ ਠੀਕ ਹੈ ਉਹ ਪ੍ਰੋਸੀਜਰ ਦੀ ਗੱਲ ਨਹੀਂ ਪੁੱਛ ਰਿਹਾ ਉਹ ਕਹਿੰਦਾ ਰਿਮੂਵ ਕੌਣ ਕਰਦਾ ਹੈ 임ਪੀਚਮੈਂਟ ਜੇ ਗੱਲ ਆ ਜੇਗੀ ਤਾਂ ਇੱਥੋਂ ਸਟਾਰਟ ਹੁੰਦੀ ਹੈ ਪਰ ਰਿਮੂਵ ਆ ਹੀ ਬੰਦਾ ਕਰਦਾ ਹੈ ਜੀ ਠੀਕ ਹੈ ਮਤਲਬ ਦੋਸ਼ ਮੜਨ ਦਾ ਕੰਮ ਪਾਰਲੀਮੈਂਟ ਦਾ ਹੈ ਲੇਕਿਨ ਰਿਮੂਵ ਕਰਨ ਦਾ ਕੰਮ ਕਿਦਾ ਹੈ ਪ੍ਰੈਜ਼ੀਡੈਂਟ ਦਾ ਹੁੰਦਾ ਹੈ ਆ ਚੀਜ਼ ਤੁਸੀਂ ਯਾਦ ਰੱਖਣੀ ਹੈ ਚਲੋ ਮਾੜਾ ਕੰਮ ਖਿੱਚੀ ਹੋਣਾ ਹੈ ਨਾ ਚਲੋ ਜੀ ਆ ਕੀ ਹੋ ਗਿਆ ਚਲੋ ਜੀ ਚਲੋ ਮੈਨ ਲੱਗਦਾ ਕਿ ਉਹ ਕੁਐਸਚਨ ਬਾਕੀ ਜਿਹੜੇ ਹੈਗੇ ਸੀ ਨਾ ਉਹ ਦੂਜੀ ਸਾਈਡ ਚਲੇ ਗਏ ਹੈ ਨਾ ਚਲੋ ਕੋਈ ਗੱਲ ਨਹੀਂ ਠੀਕ ਹੈ ਮੇਨਲੀ ਜਿਹੜਾ ਕੰਮ ਸੀਗਾ ਉਹ ਤੁਹਾਡੇ ਨਾਲ ਸ਼ੇਅਰ ਕਰਤਾ ਮੈਂ ਠੀਕ ਹੈ ਕਿ ਕੁਝ ਜਿਹੜੇ ਇੰਪੋਰਟੈਂਟ ਕੁਐਸ਼ਨ ਲੱਗੇ ਸੀ ਮੈਂ ਸ਼ੇਅਰ ਕਰਤੇ ਬਈ ਅਡਾ 247 ਐਪ ਜ਼ਰੂਰ ਡਾਊਨਲੋਡ ਕਰ ਲਿਓ ਕੋਈ ਡਾਊਟ ਹੋਵੇ ਤਾਂ ਇੱਥੇ ਜ਼ਰੂਰ ਪੁੱਛ ਲਿਓ ਸਿੱਧੀ ਸਾਫ ਗੱਲ ਹੈ ਠੀਕ ਹੈ ਇੱਥੇ ਤੁਸੀਂ ਆਪਣੇ ਡਾਊਟ ਜਿਹੜੇ ਹੈਗੇ ਆ ਇਹ ਪੁੱਛ ਲੈਣੇ ਨੇ ਠੀਕ ਹੈ ਬਾਰ ਬਾਰ ਤੋਂ ਇੱਕ ਵਾਰੀ ਫੇਰ ਕਹਿ ਰਹੇ ਹਾਂ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਪੜ੍ਹ ਕੇ ਜਾਣੀਆਂ ਜੀ ਮੈਂ ਇੱਕ ਵਾਰੀ ਫੇਰ ਅਨਲਿਸਟ ਕਰ ਦਣਾ ਜੀ ਗੱਲ ਯਾਦ ਰੱਖਿਓ ਜੀ ਓਥ ਆਲੀ ਜਿਹੜੀ ਇੱਕ ਵੀਡੀਓ ਹੈਗੀ ਉਹ ਪੱਕਾ resign ਵਾਲੀ ਵੀਡੀਓ ਹੈ ਠੀਕ ਹੈ ਉਹ ਦੇਖ ਕੇ ਚੱਲੇ ਗਿਓ ਪ੍ਰੈਜ਼ੀਡੈਂਟ ਦੀ ਲਿਸਟ ਵਾਲੀ ਪੀਐਮ ਦੀ ਲਿਸਟ ਵਾਲੀ ਵੀਡੀਓ ਇਹ ਤਿੰਨ ਚਾਰ ਤਾਂ ਬਿਲਕੁਲ ਦੇਖ ਕੇ ਹੀ ਜਾਣੀਆਂ ਨੇ ਠੀਕ ਹੈ ਜੀ ਇਸ ਦੇ ਨਾਲ ਨਾਲ ਫੰਡਮੈਂਟਲ ਰਾਈਟ ਦੇ ਕੁਝ ਇੰਪੋਰਟੈਂਟ ਆਰਟੀਕਲ 14 ਤੋਂ 18 ਬਿਲਕੁਲ ਸਾਰੇ ਜ਼ਰੂਰੀ ਹੈ 19 ਤੋਂ 22 22 ਤੋਂ ਬਾਅਦ ਆਪਾਂ ਗੱਲ ਕਰੀਏ 24 ਨੰਬਰ ਆਰਟੀਕਲ 24 ਤੋਂ ਬਾਅਦ 32 51 A ਠੀਕ ਹੈ ਜੀ ਇਹ ਕੁਝ ਜਿਹੜੇ ਇੰਪੋਰਟੈਂਟ ਆਰਟੀਕਲਸ ਆ ਫੰਡਮੈਂਟਲ ਰਾਈਟ ਤੇ ਡਿਊਟੀਆਂ ਵਾਲੇ ਇਹ ਤੁਸੀਂ ਪ੍ਰੋਪਰ ਤਰੀਕੇ ਨਾਲ ਜਿਹੜੇ ਹੈ ਇਹ ਪੜ੍ਹ ਕੇ ਜਾਣੇ ਨੇ ਠੀਕ ਹੈ ਜੀ ਇਸ ਦੇ ਨਾਲ ਜੇ ਆਪਾਂ ਗੱਲ ਕਰੀਏ ਜਿਹੜਾ ਤੁਹਾਨੂੰ ਸਮਝਾਇਆ ਹੋਇਆ ਹੈ ਪਹਿਲਾਂ ਹੀ that is ਪ੍ਰੋਟੋਨ ਸਪੀਕਰ ਕੀ ਹੁੰਦਾ ਹੈ ਜੀ ਫਿਰ ਉਸ ਤੋਂ ਬਾਅਦ ਸਪੀਕਰ ਦੀ ਪਾਵਰ ਕੀ ਹੁੰਦੀ ਹੈ ਇਹ ਵੀ ਸਮਝਾਇਆ ਹੋਇਆ ਹੈ ਫਿਰ ਉਸ ਤੋਂ ਬਾਅਦ ਲੋਕ ਸਭਾ ਰਾਜ ਸਭਾ ਦੇ ਬਾਰੇ ਵੀ ਗੱਲ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦਾ ਆਰਟੀਕਲਸ ਜਾਂ ਫਿਰ ਕਹਿ ਲਓ ਕਿ ਕਨਸਟੀਟਿਊਸ਼ਨਲ ਬਾਡੀਜ਼ ਦੀ ਆਰਟੀਕਲ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਦੇਖ ਕੇ ਜਾਣਾ ਤੁਸੀਂ ਸਾਰਿਆਂ ਨੇ ਠੀਕ ਹੈ ਜੀ ਪ੍ਰੈਕਟਿਸ ਬਾੜੀ ਕਰਾਈ ਹੋਈ ਹੈ ਠੀਕ ਹੈ ਹੋਰ ਤੁਸੀਂ ਆਪਣੇ ਲੈਵਲ ਤੇ ਵੀ ਕੀਤੀ ਹੋਣੀ ਹੈ ਤੇ ਉਮੀਦ ਆਪਾਂ ਇਹੀ ਕਰਦੇ ਹਾਂ ਕਿ ਝੰਡੇ ਗੱਡ ਕੇ ਆ ਦੋਗੇ ਤੁਸੀਂ ਠੀਕ ਹੈ ਜੀ ਚਲੋ ਜੀ ਕਲੀਅਰ ਚਲੋ ਜੀ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਤੇ ਇੱਕ ਵਾਰੀ ਫੇਰ ਜੇ ਆਪਾਂ ਗੱਲ ਕਰੀਏ ਇੱਕ ਵਾਰੀ ਮਾਟਰ ਨਾਲ ਆਪਣਾ ਸ਼ਡਿਊਲ ਫੇਰ ਦੱਸ ਦਿੰਨੇ ਆ ਜੀ ਜਿਹੜਾ ਸ਼ਡਿਊਲ ਹੈਗਾ ਇਹ ਹੈਗਾ 1 3 ਤੇ 8 ਵਾਲਾ ਸ਼ਡਿਊਲ ਸਾਡਾ ਇਹ ਤੁਸੀਂ ਫੋਲੋ ਕਰ ਲਿਓ ਇਸ ਤੋਂ ਬਾਅਦ ਜਿਹੜੀ ਆਖਰੀ ਚੀਜ਼ ਠੀਕ ਹੈ ਬੇਸ਼ੱਕ ਕੁਝ ਬੱਚਿਆਂ ਦੀ ਪ੍ਰੈਪਰੇਸ਼ਨ 'ਚ ਕਿਸਮ ਲੱਗੇ ਵੀ ਕਿ ਹਾਂ ਸਾਡੀ ਪ੍ਰੈਪਰੇਸ਼ਨ ਥੋੜੀ ਕਮੀ ਰਹਿ ਗਈ ਹੈ ਤੇ ਉਹ ਚੀਜ਼ ਪੂਰੀ ਕਰਨ ਵਾਸਤੇ ਤੁਸੀਂ ਪੰਜਾਬ ਟ੍ਰਿਪਲ ਐਸਬੀ ਦਾ ਜਿਹੜਾ ਜਿਹੜਾ ਬੈਚ ਆ ਪਰਚੇਸ ਕਰ ਲੈਣਾ 22113 ਕੋਡ ਕੋਈ ਧੱਕਾ ਨਹੀਂ ਹੈਗਾ ਯਾਰ ਕਿ ਹਾਂ ਮਾਸਟਰ ਨੇ ਦੱਸ ਤਾਂ ਤੇ ਲੈਣਾ ਹੀ ਲੈਣਾ ਹੈ ਨਾ ਠੀਕ ਹੈ ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਦੇਖੋ YouTube ਤੇ ਤੁਹਾਨੂੰ ਪ੍ਰੈਕਟਿਸ ਕਰਵਾ ਰਹੇ ਹਾਂ ਸਾਰਾ ਕੁਝ ਉੱਥੇ ਮਿਲ ਰਿਹਾ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਪੂਰੀ ਹੋ ਰਹੀ ਹੈ ਜਿਹੜੀ ਤੁਹਾਨੂੰ ਥੋੜੀ ਬਹੁਤ ਪਾਲਿਸ਼ ਦੀ ਲੋੜ ਸੀਗੀ ਉਹ ਕਮ ਹੋ ਰਿਹਾ ਮੇਰਾ ਤਾ ਲੋਡ ਕੋਈ ਨਹੀਂ ਪਰ ਐਡੀ ਵੀ ਕੋਈ ਜ਼ਰਾ ਫੀਸ ਦੀ ਹੈ ਨਹੀਂ ਕਿ ਕੋਈ ਬੰਦਾ ਇਹਨੂੰ ਪੰਜਾਬੀ ਦੇ ਨਾ ਸਕਿਆ ਠੀਕ ਹੈ ਵੀ ਇਹਦਾ ਆਫਟਰ ਡਿਸਕਾਊਂਟ ਦੀ ਗੱਲ ਕਰੀਏ ਇਹ ਜੇ ਬੇਸਿਕਲੀ ਤੁਹਾਨੂੰ 1840 ਰੁਪਏ ਦੇ ਆਸ-ਪਾਸ ਪੈ ਜਾਏਗਾ ਜੀ ਠੀਕ ਹੈ ਜੀ ਇਹ ਦੇਖੋ ਜੀ ਸੋਹਣਾ ਮੁੰਡਾ ਜਿਹੜਾ ਹੈਗਾ ਆਹ ਵਿਚਾਲੇ ਆ ਜੀ ਠੀਕ ਹੈ ਇਹ ਤੁਹਾਡੇ ਨਾਲ ਹੋਊਗਾ ਥੈਟ ਇਜ਼ ਮੀ ਠੀਕ ਹੈ ਜੀ ਚਲੋ ਇਹਦੇ ਨਾਲ ਮੇਰੇ ਨਾਲ ਦੂਜਾ ਗਗਨ ਸਰ ਵੀ ਹੋਊਗਾ ਫਿਰ ਰਿਸ਼ੀ ਸਰ ਹੋਣੀ ਹੈ ਨਿਕਿਤਾ ਮੈਮ ਤੇ ਅਕਸ਼ਿਤਾ ਮੈਡਮ ਤੇ ਇਹ ਸਾਡੇ ਅਰਮਾਨ ਸਰ ਪੰਜਾਬ ਜੀ ਕੇ ਵਾਲੇ ਠੀਕ ਹੈ ਜੀ ਆ ਚੀਜ਼ ਦੀ ਗੱਲਬਾਤ ਹੋਏਗੀ ਅਥੇ ਠੀਕ ਚਲੋ ਜੀ ਤੇ ਹੁਣ ਵੇਲਾ ਹੈ ਅਗਲੀ ਚੀਜ਼ ਦਾ ਲਾਈਕ ਐਂਡ ਸ਼ੇਅਰ ਜ਼ਰੂਰ ਜਾਰੀ ਰੱਖਿਓ ਦਬ-ਦਬ ਕੇ ਨਪ-ਨਪ ਕੇ ਕਰਦੇ ਰਹੋ ਤੇ ਮਿਲਾਂਗੇ ਇੱਕ ਹੋਰ ਨਵੇਂ ਸੈਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਦੇ ਖੇਸਟੀ ਦੇ ਵਿੱਚ ਕੁਝ ਦਿਨ ਚ ਹੀ ਮਿਲਾਂਗੇ दैट इज ਸ਼ਾਮੀ 8 ਵਜੇ ਜਿਹੜਾ ਹੁੰਦਾ ਹੈ ਇਹ ਆਪਾਂ ਜੀਓਗ੍ਰਾਫੀ ਦੇ ਸੈਸ਼ਨ ਵਿੱਚ ਮਿਲਾਂਗੇ ਜੀ ਟਿਲ ਦੈਨ ਜੀ ਸਤਿ ਸ਼੍ਰੀ ਅਕਾਲ ਜੈ ਹਿੰਦ